ਫਲੋਰ ਹਲਕੇ ਦੇ ਹਰਮਨ ਪਿਆਰੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਵਣ ਸਿੰਘ ਫਲੋਰ ਦੇ ਸਪੁੱਤਰ ਅਤੇ ਯੁਵਾ ਕਾਂਗਰਸੀ ਨੇਤਾ ਦਮਨਵੀਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਨੂੰ ਲੰਬੇ ਹੱਥੀ ਲਿਆ। ਦਮਨਵੀਰ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਕਿਸਾਨੀ ਸੰਘਰਸ਼ ਵਿੱਚ ਵੜ ਕੇ ਕਿਸਾਨੀ ਅੰਦੋਲਨ ਨੂੰ ਹਾਈਜੈਕ ਕਰਨ ਵਿੱਚ ਲੱਗਿਆ ਹੋਇਆ ਤਾਂ ਜੋ ਕਿਸਾਨੀ ਵੋਟ ਬੈਂਕ ਨੂੰ ਆਪਣੇ ਵੱਲ ਕਰ ਸਕਣ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਦੀਆਂ ਅਜਿਹੀਆਂ ਚਾਲਾਂ ਤੋਂ ਸਾਵਧਾਨ ਰਹਿਣ। ਵੀਰੋ, ਦੋ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ। ਇੱਕ ਤਾਂ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਬਾਦਲ ਦੁਆਬੇ ਦੀ ਧਰਤੀ ਤੇ ਆਏ। ਉਹ ਦੁਆਬਾ ਜਿੱਥੇ ਸਭ ਤੋਂ ਜ਼ਿਆਦਾ ਰਿਜ਼ਰਵ ਕੈਟੇਗਰੀ ਦੀ ਪਾਪੂਲੇਸ਼ਨ ਹੈ ਅਤੇ ਗਰੀਬੀ ਸਭ ਤੋਂ ਜ਼ਿਆਦਾ ਹੈ ਅਤੇ ਪਤਾ ਨਹੀਂ ਕਿੰਨਾ ਕਾਰਨਾਂ ਕਰਕੇ, ਕਿੰਨਾ ਮਜਬੂਰੀਆਂ ਕਰਕੇ ਏਮਸ ਜਿਹੜਾ ਆ ਉਹ ਬਠਿੰਡੇ ਚਲਾ ਗਿਆ। ਖੈਰ, ਇਹ ਗੱਲਾਂ ਫਿਰ ਲੰਬੀਆਂ ਕਰਨ ਵਾਲੀਆਂ। ਉਹ ਦੁਆਬੇ ਦੀ ਧਰਤੀ 'ਤੇ ਆਏ ਅਤੇ ਬਲਾਚੌਰ, ਬੰਗਾ, ਫਗਵਾੜਾ ਤਿੰਨ ਜਗ੍ਹਾ ਮੀਟਿੰਗਾਂ ਕੀਤੀਆਂ ਜਿਹਦੇ ਵਿੱਚ ਇੱਕੋ ਹੀ ਗੱਲ 'ਤੇ ਜ਼ੋਰ ਦਿੱਤਾ ਵੀ ਕਮੇਟੀ ਦੀਆਂ ਇਲੈਕਸ਼ਨਾਂ ਜੋ ਆ ਰਹੀਆਂ ਉਹਦੇ 'ਚ ਸਾਨੂੰ ਜਿਤਾਓ। ਵੀਰੋ, ਮੈਂ ਲਾਈਵ ਦੇਖ ਰਿਹਾ ਸੀ ਉਹਨਾਂ ਦੀ ਸਪੀਚ ਅਤੇ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਵੀ ਪਿਛਲੇ ਦਿਨੀਂ ਐਡਾ ਇਤਿਹਾਸਕ ਮੋਰਚਾ ਜੋ ਅਕਾਲੀ ਦਲ ਨੇ ਕਿਸੇ ਵੇਲੇ ਉਹਦੀ ਲੜਾਈ ਲੜੀ ਸੀ, ਜੋ ਤੋਸ਼ਾਖਾਨਾ ਦੀਆਂ ਚਾਬੀਆਂ ਅੰਗਰੇਜ਼ ਹਕੂਮਤ ਤੋਂ ਬੜਾ ਲੰਬਾ ਯੁੱਧ ਕਰਕੇ, ਸੰਘਰਸ਼ ਕਰਕੇ, ਜਿਹਨੂੰ ਚਾਬੀਆਂ ਦਾ ਮੋਰਚੇ ਨਾਲ ਜਾਣਿਆ ਜਾਂਦਾ, ਉਹਦੇ ਲਈ ਇੰਨਾ ਸੰਘਰਸ਼ ਕੀਤਾ ਸੀ ਅੰਗਰੇਜ਼ਾਂ ਦੇ ਨਾਲ, ਉਹ ਚਾਬੀਆਂ ਵਾਪਸ ਪੰਥ ਦੇ ਹਵਾਲੇ ਕੀਤੀਆਂ ਸੀ, ਪੰਥ ਦੇ ਹਵਾਲੇ ਲਈ ਬਹੁਤ ਤਕੜਾ ਸੰਘਰਸ਼ ਕੀਤਾ ਸੀ ਅਤੇ ਮੈਂ ਵਾਰ ਵਾਰ ਉਹਨਾਂ ਦੀ ਸਪੀਚ 'ਚੋਂ ਇਹ ਦੇਖਣਾ ਚਾਹ ਰਿਹਾ ਸੀ ਵੀ ਸ਼ਾਇਦ ਉਹ ਇਸ ਮੋਰਚੇ ਬਾਰੇ ਕਿਤੇ ਜ਼ਿਕਰ ਕਰਨ, ਪਰ ਖੈਰ ਉਹਨਾਂ ਦੀ ਮਰਜ਼ੀ। ਬਈ, ਟਕਸਾਲੀ ਅਕਾਲੀ ਜਾਂ ਪੁਰਾਣੇ ਸਿਧਾਂਤਾਂ ਵਾਲੇ ਅਕਾਲੀ ਚਾਬੀਆਂ ਦੇ ਮੋਰਚੇ ਦਾ ਮਹੱਤਵ ਜਾਣਦੇ ਆ। ਮੇਰਾ ਉਹਨਾਂ ਸਾਰੇ ਸੰਘਰਸ਼ਸ਼ੀਲ ਯੋਧਿਆਂ ਨੂੰ ਜਿਨ੍ਹਾਂ ਨੇ ਉਹ ਮੋਰਚੇ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਨੂੰ ਮੇਰਾ ਸਿਜਦਾ, ਮੇਰਾ ਸਲਾਮ। ਦੂਜੀ ਗੱਲ ਜਿਹੜੀ ਤੁਸੀਂ ਜਾਣਦੇ ਹੋ ਵੀ ਇਸ ਵੇਲੇ ਜਿਹੜਾ ਸੰਘਰਸ਼ ਹੈ ਕਿਸਾਨੀ ਦਾ, ਇਹ ਸਿਖਰਾਂ ਤੇ ਪਹੁੰਚਿਆ ਹੋਇਆ। ਕਿਸਾਨ ਜਥੇਬੰਦੀਆਂ ਨੇ ਤਕਰੀਬਨ 50 ਤੋਂ ਉੱਤੇ ਦਿਨ ਹੋ ਗਏ ਆ ਆਪਣਾ ਮੋਰਚਾ ਦਿੱਲੀ ਦੇ ਦਰਵਾਜ਼ੇ ਦੇ ਉੱਤੇ, ਦਿੱਲੀ ਦੀਆਂ ਬਰੂਹਾਂ ਉੱਤੇ ਲਗਾਇਆ ਹੋਇਆ ਤੇ ਬੜੇ ਮੰਦਭਾਗੀ ਹਾਲਾਤ ਵੀ ਉੱਥੇ ਦੇਖਣ ਨੂੰ ਮਿਲੇ ਜਦੋਂ ਤਕਰੀਬਨ 50 ਤੋਂ ਉੱਪਰ ਜਿਹੜੀਆਂ ਉੱਥੇ ਮੌਤਾਂ ਹੋ ਗਈਆਂ। ਵੀਰੋ, ਮੈਨੂੰ ਯਾਦ ਹੈ, ਮੈਂ ਇਤਿਹਾਸ ਵੀ ਥੋੜਾ ਥੋੜਾ ਪੜ੍ਹਿਆ, ਬਈ ਕੋਈ ਵੀ ਐਸਾ ਮਸਲਾ ਨਹੀਂ ਸੀ ਜਾਂ ਕੋਈ ਐਸਾ ਸੰਘਰਸ਼ ਨਹੀਂ ਸੀ, ਖਾਸ ਕਰਕੇ ਪੰਜਾਬ ਦਾ, ਕਿਸਾਨੀ ਦਾ, ਨਿਮਾਣਿਆਂ ਦਾ, ਨਿਤਾਣਿਆਂ ਦਾ, ਜਿਹਦੇ ਵਿੱਚ ਅਕਾਲੀ ਦਲ ਨੇ ਲੀਡ ਨਾ ਕੀਤਾ ਹੋਵੇ, ਅਕਾਲੀ ਦਲ ਨੇ ਵੱਧ ਚੜ ਕੇ ਮੋਹਰੀ ਹੋ ਕੇ ਕੰਮ ਨਾ ਕੀਤਾ ਹੋਵੇ। ਤੇ ਅੱਜ ਹਾਲਾਤ ਇਹ ਹਨ ਕਿ ਅਕਾਲੀ ਦਲ ਨੂੰ ਉੱਥੇ ਉਸ ਸੰਘਰਸ਼ ਦੇ ਵਿੱਚ ਐਂਟਰੀ ਵੀ ਜਿਹੜੀ ਹੈ ਉਹ ਬੈਨ ਕੀਤੀ ਗਈ ਹੈ। ਸੋ ਮੈਂ ਬਾਹਲੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਿਆਸੀ ਪੱਖ ਵੱਲ ਨੂੰ ਗੱਲ ਚਲੀ ਜਾਂਦੀ ਹੈ, ਪਰ ਮੈਂ ਪਿੱਛੇ ਜਿਹੜੀ ਗੱਲ ਮੈਨੂੰ ਦੇਖਣ ਨੂੰ ਮਿਲੀ ਕਿ ਹਰ ਜ਼ਿਲ੍ਹੇ ਦੇ ਵਿੱਚ ਬਾਦਲ ਪਰਿਵਾਰ ਛੋਟੀਆਂ ਛੋਟੀਆਂ ਮੀਟਿੰਗਾਂ ਕਰ ਰਿਹਾ ਤੇ ਇਹ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਇਹ ਜੋ ਸੰਘਰਸ਼ ਹੈ ਇਹਨੂੰ ਹਾਈਜੈਕ ਕੀਤਾ ਜਾਵੇ, ਇਹਦੇ ਵਿੱਚ ਐਂਟਰੀ, ਆਪਣੀ ਐਂਟਰੀ ਕਿਸੇ ਨਾ ਕਿਸੇ ਤਰੀਕੇ ਨਾਲ ਕੀਤੀ ਜਾਵੇ। ਵੀਰੋ, ਤੁਸੀਂ ਸਿਆਣੇ ਹੋ, ਕਿਸਾਨ ਜਥੇਬੰਦੀਆਂ ਨੇ ਵੀ ਪਹਿਲਾਂ ਹੀ ਤੁਹਾਨੂੰ ਇਹ ਕਿਹਾ ਹੋਇਆ, ਤੁਹਾਨੂੰ ਅਪੀਲ ਕੀਤੀ ਹੋਈ ਹੈ ਬਈ ਕਿਸੇ ਵੀ ਪਾਰਟੀ ਦਾ ਉੱਥੇ ਸਿਆਸੀ ਤੌਰ ਤੇ ਆਉਣਾ ਜਾਂ ਨਹੀਂ ਆਉਣਾ ਉਹ ਜ਼ਿਆਦਾ ਅੱਛਾ ਨਹੀਂ। ਕਿਸਾਨ ਬਣ ਕੇ ਆਉਣਾ ਉਹ ਬੜਾ ਅੱਛਾ ਹੈ, ਕਿਸਾਨੀ ਝੰਡੇ ਦੇ ਥੱਲੇ ਜਿਹੜਾ ਆ ਉਹ ਉੱਥੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਉਹ ਜ਼ਿਆਦਾ ਲਾਹੇਵੰਦ ਵੀ ਹੈ ਤੇ ਉਸ ਦਾ ਮਹੱਤਵ ਵੀ ਜ਼ਿਆਦਾ। ਤੇ ਮੈਂ ਕਾਫੀ ਚਿਰਾਂ ਤੋਂ ਇਹ ਨਿਗਾਹ ਵੀ ਰੱਖੀ ਹੋਈ ਹੈ ਕਿਉਂਕਿ ਸਿਆਸਤ ਦੇ ਵਿੱਚ ਜੋ ਸਰਗਰਮੀਆਂ ਹੁੰਦੀਆਂ ਆਲੇ ਦੁਆਲੇ ਉਹਦੀ ਨਿਗਾਹ ਵੀ ਰੱਖਣੀ ਪੈਂਦੀ ਹੈ। ਬਈ, ਇਹ ਹੌਲੀ ਹੌਲੀ ਆਪਣਾ ਇੱਕ ਮੂਵਮੈਂਟ ਬਣਾ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਵੜ ਕੇ ਇਹ ਇੱਥੇ ਇਹਦੇ ਵਿੱਚ ਐਂਟਰੀ ਕਰਕੇ ਇਸ ਸੰਘਰਸ਼ ਨੂੰ ਹਾਈਜੈਕ ਕੀਤਾ ਜਾਵੇ। ਸੋ ਮੇਰੀ ਤਾਂ ਤੁਹਾਨੂੰ ਇਹੀ ਅਪੀਲ ਹੈ ਜੋ 26 ਤਰੀਕ ਦੀ ਕਿਸਾਨ ਪਰੇਡ ਹੈ ਉਹਦੇ 'ਚ ਵੱਧ ਚੜ੍ਹ ਕੇ ਹਿੱਸਾ ਲਓ, ਪਰ ਕਿਸੇ ਪਾਰਟੀ ਤੋਂ ਬਿਨਾਂ ਹਿੱਸਾ ਲਓ। ਆਪਣੇ ਆਪ ਜੋ ਕਿਸਾਨ ਦਾ ਸੰਘਰਸ਼ ਹੈ ਇਹ ਆਮ ਲੋਕਾਂ ਦਾ ਸੰਘਰਸ਼ ਹੈ, ਇਹਦੇ ਵਿੱਚ ਲੀਡਰ ਸਾਰੇ ਹੁਣ ਫੇਲ ਹੋ ਚੁੱਕੇ ਨੇ, ਲੀਡਰਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਇਸ ਦੇ ਵਿੱਚ ਤੁਸੀਂ ਆਪ ਮੁਹਾਰੇ ਹੋ ਕੇ ਯੋਗਦਾਨ ਪਾਓ, ਨਾ ਕਿ ਕਿਸੇ ਦੇ ਝੰਡੇ ਥੱਲੇ। ਜੇ ਝੰਡਾ ਹੀ ਕਿਸੇ ਥੱਲੇ ਆਉਣਾ ਤਾਂ ਕਿਸਾਨੀ ਦੇ ਝੰਡੇ ਦੇ ਥੱਲੇ ਇਸ ਦੇ ਵਿੱਚ ਜਿਹੜਾ ਆ ਯੋਗਦਾਨ ਪਾਇਆ ਜਾ ਸਕਦਾ। ਸੋ ਇੰਨਾ ਹੀ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਇਆ ਤੋਂ ਜਤਿਨ ਸ਼ਰਮਾ ਦੀ ਰਿਪੋਰਟ।